22 जनवरी को श्री अयोध्या में होने जा रहे मूर्ति स्थापना समारोह को लेकर प्रधानमंत्री नरेंद्र मोदी की ओर से दिए गए निर्देशों को भारत के समूह धार्मिक स्थानों पर सफाई अभियान चलाया जा रहा है, जिसके तहत होशियारपुर में भाजपा हिमाचल प्रभारी अविनाश राय खन्ना के नेतृत्व में धार्मिक स्थानों पर साफ सफाई की गई। देश के प्रधानमंत्री जी ने एक आह्वान किया कि कार्यकर्ता सारे धार्मिक स्थानों की जाके अज सफाई अभियान कर 22 तरीक न भगवान राम का जो मंदिर है राम मंदिर उहदे च भगवान की मूर्ति का स्थापना होनी है, उसनों लैके कार्यक्रम सी कि सारे धार्मिक स्थानों की सफाई अभियान जो है किया जाए। देश के प्रधानमंत्री भी खुद अज सफाई अभियान कर रहे हैं, अलग अलग प्रदेशों के मुख्यमंत्री भी, साढ़े राष्ट्रीय अध्यक्ष श्री JP नड्डा जी उन्होंने दिल्ली के श्री रविदास मंदिर के जाके सफाई अभियान किया है, और अज असी ऋषि नगर के महारिषि वाल्मीकि दे मंदिर से खड़े हाँ, और सारी कमेटी महारिषि वाल्मीकि दी नाल साढ़े इस सफाई अभियान के शामिल हुई है। तो अज सानू खुशी भी हो रही है कि प्रैक्टिकली आके असी इस मंदिर की सफाई कर रहे हैं और कमेटी में शामिल होकर इस मंदिर के असी अपना योगदान जो है श्रमदान कर रहे हैं। 22 तरीक नू देश दे विच एक बार फिर दिवाली मनाई जानी है, उहदे लई सारे घर सारे मंदिर सजावट होणगे और 5-5 दीवे हर घर दे विच जगणगे। अज मैं धन्नवाद करदा प्रधान जी का जिन्हां ने इस मंदिर दे विच दीपमाला करन दा भी विश्वास दवाया और 5 दीवे भी इस महल्ले च भी उस मंदिर च जगणगे, तां कि जो देश दे राष्ट्रीय पुरुष भगवान राम ਉਹਨਾਂ ਦੇ ਆਪਣੇ ਘਰ ਵਿੱਚ ਪ੍ਰਵੇਸ਼ ਜੋ 5 ਸਾਲ ਬਾਅਦ ਹੋ ਰਿਹਾ ਉਹਦੇ ਲਈ ਜੋ ਵਾਤਾਵਰਨ ਬਣ ਰਿਹਾ ਉਹਦੇ ਲਈ ਮੈਂ ਇੱਕ ਵਾਰੀ ਫਿਰ ਇਸ ਸਭਾ ਦਾ ਵਾਲਮੀਕਿ ਸਭਾ ਦਾ ਬਹੁਤ ਬਹੁਤ ਧੰਨਵਾਦ ਕਰ। ਅੱਜ ਮਾਨਨੀਯ ਪ੍ਰਧਾਨ ਮੰਤਰੀ ਜੀ ਨੇ ਆਹਵਾਨ ਕੀਤਾ ਸਾਰੇ ਭਾਰਤੀ ਜਨਤਾ ਪਾਰਟੀ ਦੀ ਸਮੂਹ ਲੀਡਰਸ਼ਿਪ ਕਾਰਿਆਕਰਤਾ ਹਰ ਆਪਣੇ ਆਪਣੇ ਏਰੀਏ 'ਚ ਜਾ ਕੇ ਮੰਦਰਾਂ 'ਚ ਸਫਾਈ ਅਭਿਆਨ ਕਰਨਗੇ। ਉਹਨਾਂ ਦੇ ਇਸ ਆਹਵਾਨ ਨਾਲ ਤਕਰੀਬਨ ਦੇਸ਼ ਭਰ ਵਿੱਚ 5 ਲੱਖ ਦੇ ਕਰੀਬ ਮੰਦਰਾਂ ਨੂੰ ਅੱਜ ਭਾਜਪਾ ਕਾਰਿਆਕਰਤਾ ਸਫਾਈ ਕਰਨ ਜਾ ਰਹੇ ਆ। ਅੱਜ ਅਸੀਂ ਹੁਸ਼ਿਆਰਪੁਰ ਰਿਸ਼ੀ ਨਗਰ ਵਿਖੇ ਭਗਵਾਨ ਵਾਲਮੀਕਿ ਜੀ ਦੇ ਮੰਦਰ ਸਥਾਨ ਤੇ ਵਿਪਨ ਕੁਮਾਰ ਗੱਬਰ ਜੀ ਪ੍ਰਧਾਨ ਜੀ ਸਾਡੇ ਨਾਲ ਖੜੇ ਆ, ਸਾਰੀ ਕਮੇਟੀ ਖੜੀ ਆ, ਔਰ ਅਸੀਂ ਇਹ ਸਫਾਈ ਅਭਿਆਨ ਕੀਤਾ ਆ, ਔਰ ਮੈਂ ਧੰਨਵਾਦ ਕਰਦਾ ਸਾਰੀ ਕਮੇਟੀ ਦਾ। ਔਰ ਮੋਦੀ ਜੀ ਜਿਸ ਤਰ੍ਹਾਂ ਸਾਰੇ ਦੇਸ਼ ਨੂੰ ਆਹਵਾਨ ਕਰਦੇ ਆ ਟਾਈਮ ਟੂ ਟਾਈਮ ਇੱਕ ਧਾਗੇ 'ਚ ਪਰੋ ਕੇ ਉਹਨਾਂ ਨੂੰ ਦੇਸ਼ ਦੇ ਕੁਛ ਨਾ ਕਿਸੇ ਮਿਸ਼ਨ ਨਾਲ ਜੋੜਦੇ ਆ, ਇਸੇ ਮਿਸ਼ਨ ਵਿੱਚ ਇਹ ਸਫਾਈ ਅਭਿਆਨ ਚੱਲ ਰਿਹਾ, ਔਰ ਅੱਜ ਸਾਰੇ ਰਲ ਕੇ ਅਸੀਂ ਇੱਥੇ ਕਰ ਰਹੇ ਹਾਂ ਸਮੂਹ ਦੇਸ਼ ਵਿੱਚ ਸਮੂਹ ਹਿੰਦੁਸਤਾਨ ਵਿੱਚ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਕਾਰਿਆਕਰਤਾ ਕਰ ਰਹੇ ਆ। ਇਹ ਆਹਵਾਨ ਨੂੰ ਪੂਰਾ ਦਿਨ ਇਹ ਸਫਾਈ ਅਭਿਆਨ ਚੱਲੇਗਾ ਅੱਜ। ਮੈਂ ਗੱਬਰ ਪ੍ਰਧਾਨ ਵਾਲਮੀਕਿ ਸਭਾ ਮਹੱਲਾ ਰਿਸ਼ੀ ਨਗਰ ਤੋਂ ਤਹਿ ਦਿਲਾਣਾ ਮੋਦੀ ਸਾਹਿਬ ਦਾ ਬਹੁਤ ਧੰਨਵਾਦ ਕਰ ਰਿਹਾ, ਜਿਹਨਾਂ ਨੇ ਐਸੀ ਵਰਗ ਨੂੰ ਵੀ ਦੇਖਿਆ ਵਾ ਔਰ ਉਹਨਾਂ ਮੰਦਰਾਂ 'ਚ ਆ ਰਹੇ ਆ, ਜਦੋਂ ਕਿ ਪੁਰਾਣਾ ਸਾਡਾ ਇਤਿਹਾਸ ਆ ਵੀ ਬਹੁਤ ਮਾੜਾ ਸੀਗਾ, ਮੋਦੀ ਸਾਹਿਬ ਨੇ ਸਾਡੇ ਸਮਾਜ ਨੂੰ ਐਸੀ ਵਰਗ ਨੂੰ ਉੱਤੇ ਚੱਕਿਆ ਵਾ। ਅੱਜ ਸਫਾਈ ਅਭਿਆਨ ਲਈ ਕੋਈ ਵੀ ਦੀਨ ਧਰਮ ਕੋਈ ਵੀ ਜਾਤ ਬਰਾਦਰੀ ਨੂੰ ਨਹੀਂ ਮੰਨਿਆ ਜਾ ਰਿਹਾ ਵਾ, ਜਦਕਿ ਇੱਥੇ ਜਨਰਲ ਕੈਟਾਗਰੀ ਵੀ SC BC ਸਾਰੇ ਹੀ ਇੱਕ ਭਾਵਨਾ ਨਾਲ ਇਕੱਠੇ ਹੋ ਕੇ ਸਫਾਈ ਅਭਿਆਨ ਕਰ ਰਹੇ ਆ ਔਰ ਆਪਣਾ ਹੀ ਗੁਰੂ ਸਮਝਣ ਦੇ ਆ।
ਤਾਂ ਸੋ ਮੈਂ ਮੋਦੀ ਸਾਹਿਬ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਐਸੀ ਵਰਗ ਨੂੰ ਵੀ ਦੇਖਿਆ ਵਾ, ਇਸ ਲਈ ਮੈਂ ਤਹਿ ਦਿਲਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਨਾ ਜੀ ਦਾ ਔਰ ਕੇਈ ਸਾਹਿਬ ਦਾ ਤਹਿ ਦਿਲਾਂ ਤੋਂ ਧੰਨਵਾਦ ਕਰਦਾ ਵਾਂ ਜਿਹਨਾਂ ਨੇ ਇਸ ਵਰਗ ਨੂੰ ਆਪਣੀ ਨਜ਼ਰਾਂ 'ਚ ਰੱਖ ਕੇ ਦਿਲ 'ਚ ਵਸਾਇਆ ਪਿਆ ਵਾ ਔਰ ਇਸ ਮੁਕਾਮ 'ਤੇ ਆਏ ਆ ਵੀ ਸਾਨੂੰ ਹੌਸਲਾ ਹੋ ਰਿਹਾ ਵਾ ਕਿ ਜਨਰਲ ਕੈਟਾਗਰੀ ਸਾਡੇ ਸਮਾਜ ਦੇ